ਨਮਸਕਾਰ ਜੀ, ਦੇਸੀ ਕਿਚਨ ਚੈਨਲ ਤੁਹਾਡਾ ਸਵਾਗਤ ਹੈ। ਔਰ ਸਾਰੇ ਕਿੱਦਾਂ ਹੋ ਜੀ, ਠੀਕ ਹੋ? ਤੇ ਮੰਮੀ ਦਾ ਅਚਾਨਕ ਫੋਨ ਆਇਆ ਸਾਨੂੰ ਤੇ ਅੱਜ ਸੰਡੇ ਆ ਤੇ ਅਸੀਂ ਮੰਮੀ ਨੂੰ ਮਿਲਣ ਜਾ ਰਹੇ ਹਾਂ। ਤਾਂ ਦੇਖੋ ਜੀ, ਖੇਤ ਕਿੰਨੇ ਸੋਹਣੇ ਨੇ, ਹਰੇ ਭਰੇ। ਬਹੁਤ ਜਿਆਦਾ ਨਾ ਅੱਛੀ ਹੁੰਦੀ ਹੈ, ਸਿਹਤ ਵਾਸਤੇ ਬਹੁਤ ਵਧੀਆ ਹੁੰਦੀ ਹੈ। ਗੰਦਲ ਇਹਨੂੰ ਇਸ ਤਰ੍ਹਾਂ ਛਿੱਲ ਲਓ, ਆ ਦੇਖੋ ਹਰੀ ਅਦਰ ਹਰੀ, ਫਿਰ ਇਸ ਤਰ੍ਹਾਂ ਤੋੜ ਕੇ ਇਹਨੂੰ ਖਾਓ, ਟੇਸਟੀ ਵੀ ਹੁੰਦੀ ਹੈ ਬਹੁਤ। ਉਧਰ ਆ ਜਾਓ ਮੈਡਮ ਜੀ, ਹੋਰਾਂ ਨੂੰ ਦਿੰਦੇ ਮੈਡਮ, ਖਾ ਕੇ ਦੇਖੋ ਤੁਸੀਂ ਗੰਦਲ ਕਿੱਦਾਂ ਦੀ ਲੱਗਦੀ ਹੈ ਤੁਹਾਨੂੰ, ਖਾ ਕੇ ਦੇਖੋ ਯਾਰ ਕਿਵੇਂ ਦੀ ਹੈ। ਅੱਛੀ ਲੱਗਦੀ ਹੈ ਨਾ, ਕਿੰਨੀ ਕੁ ਮਤਲਬ ਇਹਦਾ ਇੱਕ ਖੇਤਰ ਦਾ ਆਪਣਾ ਹੀ ਨਜ਼ਾਰਾ ਹੈ, ਤੰਦਰੁਸਤ ਰਹਿੰਦਾ। ਅੱਛਾ ਜੀ, ਕਿਆ ਬਾਤ ਹੈ, ਦੇਖੋ ਕਿੰਨਾ ਸੋਹਣਾ ਵਿਊ ਹੈ, ਕਿੰਨੇ ਸੋਹਣੇ ਖੇਤ ਨੇ, ਬੰਦਾ ਤੇ ਵੈਸੇ ਹੀ ਬਿਮਾਰ ਨਾ ਹੋਵੇ ਇੱਥੇ ਆ ਦੇ। ਕਿਆ ਬਾਤ ਹੈ, ਦੇਖੋ ਜੀ ਪਿੰਡਾਂ ਦਾ ਨਜ਼ਾਰਾ ਹੀ ਲੈਦਾ ਹੈ ਨਾ, ਕਿੰਨੇ ਸੋਹਣੇ ਖੇਤ ਨੇ, ਚਾਰੇ ਪਾਸੇ ਹਰਿਆਲੀ ਹਰਿਆਲੀ। ਇਹ ਸਾਡਾ ਪੰਜਾਬ, ਸਾਡੇ ਪਿੰਡ, ਸਾਡੇ ਪਿੰਡ, ਸਾਡੇ ਖੇਤ, ਸਾਡੀ ਸਾਡੀ ਵਿਰਾਸਤ ਨੇ ਇਹ, ਮਤਲਬ ਬਹੁਤ ਹੀ ਅੱਛਾ ਫੀਲ। ਇਹ ਫੈਕਟਰੀ ਹੈ ਕਿਸੇ ਚੀਜ਼ ਦੀ, ਅਤੇ ਜੀਰੀ ਜੂਰੀ ਮਤਲਬ ਹੁੰਦੀ ਹੈ, ਚਾਵਲ ਨਿਕਲਦੇ ਆ ਉਹਦੇ। ਵਾਹ ਜੀ ਵਾਹ,
ਹਰੇ ਮਟਰ ਇੰਨਾ ਲੱਗਦੇ ਨੇ ਸਾਡੇ ਪਿੰਡਾਂ ਦੀ ਖੇਤੀ ਦੇਖੋ ਤੁਸੀਂ, ਆਹ ਦੇਖੋ ਕਿੰਨੇ ਸੋਹਣੇ ਹਰੇ ਮਟਰ ਲੱਗੇ ਹੋਏ ਨੇ ਦੇਖੋ ਜੀ, ਜਿਹੜੇ ਆਪਾਂ ਖਾਂਦੇ ਹਾਂ ਬਣਾ ਕੇ ਆਲੂ ਮਟਰ ਮਟਰ ਪਨੀਰ ਤਾਂ ਬਹੁਤ ਸੋਹਣੇ ਲੱਗਦੇ ਨੇ। ਸਤਿ ਸ੍ਰੀ ਅਕਾਲ ਮੰਮੀ, ਚਲੋ ਜੀ ਅੰਦਰ। ਫਾਈਨਲੀ ਅਸੀਂ ਮੰਮੀ ਦੇ ਘਰ ਆ ਗਏ ਹਾਂ, ਆਪਣੇ ਪੇਕੇ ਘਰ ਆ ਗਏ ਹਾਂ ਤਾਂ ਬੜੀ ਸੋਹਣੀ ਧੁੱਪ ਲੱਗ ਰਹੀ ਹੈ ਕਿਉਂਕਿ ਬਾਈਕ ਤੇ ਹਵਾ ਲੱਗ ਰਹੀ ਸੀ ਨਾ, ਹੁਣ ਬਹੁਤ ਸੋਹਣਾ ਲੱਗ ਰਿਹਾ ਧੁੱਪ ਵਾਲਾ, ਹਵਾ ਨੀ ਲੱਗ ਰਹੀ ਬਿਲਕੁਲ, ਤਾਂ ਵਧੀਆ ਲੱਗ ਰਿਹਾ ਮੌਸਮ। ਹਵਾ ਲੱਗੀ ਪਾਣੀ ਮੰਮੀ ਕਹਿੰਦੀ
ਧੁੱਪ ਬੜੀ ਸ਼ਾਨਦਾਰ ਹੈ ਤੇ ਖੁੱਲਾ ਖੁੱਲਾ ਅੱਛਾ ਲੱਗਦਾ। ਇਹ ਸੰਡੇ ਮੰਮੀ ਦਾ, ਅਗਲੇ ਸੰਡੇ ਤੁਹਾਡੇ ਉਧਰ ਦਾ ਕਰ ਲਓ। ਉਹ ਸ਼੍ਰੀ ਘਰ ਬਣੇ ਕਿਹੜੇ ਸ਼੍ਰੀ? ਉਹ ਜਿਹੜੀ ਉਧਰ ਨੀ ਰਹਿੰਦੇ ਪੁਰਾਣੇ ਘਰ ਵਾਲੇ, ਜਿਹੜੀ ਬਾਲਾਂ ਵਾਲਾ ਛੋਟਾ ਪਰਿਵਾਰ ਸੁਖੀ ਪਰਿਵਾਰ ਹੈ। ਬਬਲੂ ਸੁੱਤੀ ਸੀ, ਹੋਰ ਮੈਂ ਘੁੰਮ ਕੇ ਆ। ਸਾਨੂੰ ਇੱਕ ਐਤਵਾਰ ਹੀ ਹੁੰਦਾ, ਚੱਲ ਵੈਸੇ ਨਾ ਇੱਕ ਦਿਨ ਕੱਢਣਾ ਚਾਹੀਦਾ ਸਾਰਿਆਂ ਨੂੰ, ਥੋੜਾ ਥੋੜਾ ਮਿਲਣ ਲੱਗ ਜਾਏ। ਜਿਹੜਾ ਅਗਲਾ ਨਾ ਉਹ ਦੀਦੀ ਦਾ ਕਾਕਾ ਦਾ ਮੰਦਰ ਵਾਲਾ ਘਰ ਹੈ, ਉਹ ਤੇ ਤੁਹਾਡੇ ਹੈ ਨਾ, ਥੋੜਾ ਥੋੜਾ ਸਮਾਂ ਨਾ ਕੱਢਣਾ ਚਾਹੀਦਾ ਹੈ ਨਾ ਸਾਰਿਆਂ ਨੂੰ ਮਿਲਣ ਦਾ। ਸਹੀ ਹੈ, ਕੱਢਣਾ ਚਾਹੀਦਾ ਹੈ ਨਾ। ਪੂਰਾ ਹਫ਼ਤਾ ਕੰਮ ਹੀ ਕਰ ਰਹੀ ਹੈ ਨਾ, ਇੱਕ ਦਿਨ ਕੱਢ ਲਓ। ਇੱਕ ਨਾ ਉਹ ਯਾਦ ਕਰਾਈ, ਉਹ ਲੈ ਕੇ ਜਾਈਏ ਆਪਾਂ ਠੀਕ ਬੋਟਲ ਲਈ ਕਰੀ। ਕਿਹੜੀ ਸੀ ਉਹ ਡਾਵਰ ਸਪੈਸ਼ਲ ਕੀ? ਅੱਛਾ ਉਹ ਝੰਡੂ ਪੰਚਾਰੇ, ਝੰਡੂ ਪੰਚਾਰਿਸ਼ਟ ਉਹ ਲੜੇ ਜਾਣੀ ਉਹ ਠੀਕ ਹੈ। ਮੈਂ ਵੈਸੇ ਗੱਲ ਕਰ ਰਿਹਾ, ਧੁੱਪ ਬਹੁਤ ਤੇਜ਼ ਹੈ, ਵਧੀਆ ਲੱਗ ਰਹੀ, ਸ਼ਾਂਤੀ ਦਾ ਮਾਹੌਲ ਜ਼ਿਆਦਾ ਇੱਥੇ। ਇੱਥੇ ਇਹ ਸ਼੍ਰੀ ਟੰਗੇ ਹੋਏ ਨੇ ਤੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀਗਾ ਬਈ ਇਹ ਸ਼੍ਰੀ ਕਿਹਦੇ ਨੇ ਤੇ ਇੱਥੇ ਮਤਲਬ ਇਹਨਾਂ ਦੀ ਕੀ ਲੱਗਦੀ ਤੁਹਾਡੇ? ਭਾਬੀ ਜੀ ਲੱਗਦੇ ਨੇ, ਭਾਬੀ ਜੀ ਲੱਗਦੇ ਨੇ, ਉਹਨਾਂ ਦੀ ਜਿਹੜੀ ਨੂੰਹ ਹੈ ਮਤਲਬ ਨਾ ਉਹਨਾਂ ਦੇ ਘਰ ਮਤਲਬ ਜੁੜਵਾ ਬੱਚੇ ਹੋਏ ਨੇ, ਜੁੜਵਾ ਇੱਕ ਲੜਕੀ ਹੈ ਔਰ ਇੱਕ ਲੜਕਾ, ਇੱਕ ਲੜਕਾ ਇੱਕ ਲੜਕੀ ਹੈ ਨਾ। ਮੰਮੀ ਦੱਸ ਰਹੇ ਸੀ ਉਹ ਫਿਰ ਉਹ ਬੰਨ ਕੇ ਗਏ, ਉਹ ਬੰਨ ਕੇ ਗਏ ਨੇ। ਇਹ ਮਤਲਬ ਇਹੀ ਪੇਂਡੂ ਸੱਭਿਆਚਾਰ ਤੇ ਧੁੱਪ ਬਹੁਤ ਤੇਜ਼ ਹੈ। ਚਲੋ ਜੀ ਤੁਹਾਨੂੰ ਆਪਣੀਆਂ ਜਿਹੜੀਆਂ ਪੁਰਾਣੀਆਂ ਫੋਟੋਆਂ ਨੇ ਨਾ ਉਹ ਦਿਖਾਉਂਦੇ ਆਪਾਂ। ਅੱਛਾ ਇਹ ਕਿਹਦੀ ਫੋਟੋ ਪਹਿਲੀ? ਆਹ ਦੇਖੋ ਮੇਰੇ ਮੰਮੀ ਨੇ ਜਦੋਂ ਜਵਾਨ ਸੀ ਤਾਂ ਫਿਰ ਮੰਮੀ ਡੈਡੀ ਦੋਨੋਂ, ਡੈਡੀ ਮੇਰੇ ਮੰਮੀ, ਇਹ ਮੇਰੇ ਸਿਸਟਰ ਨੇ ਤੇ ਜੀਜਾ ਜੀ ਨੇ ਮਤਲਬ, ਇਹ ਵੀ ਉਹਨਾਂ ਦੀ ਜੀ ਪਿੱਕ ਹੈ। ਇਹ ਤਾਂ ਤੁਸੀਂ ਪਹਿਚਾਣ ਹੀ ਲਓਗੇ ਇਹ ਕੌਣ ਨੇ। ਇਹ ਨੇ ਚੌਹਾਨ ਸਾਹਿਬ, ਮਤਲਬ ਜਦੋਂ ਮੈਰਿਜ ਨਹੀਂ ਸੀ ਹੋਈ। ਆਹ ਪਿੱਕ ਮੇਰੀ ਹੈ ਜਦੋਂ ਮਤਲਬ ਕਿ ਮੈਰਿਜ ਨਹੀਂ ਸੀ ਹੋਈ ਮੇਰੀ, ਉਦੋਂ ਦੀ ਹੈ। ਅੱਛਾ ਆਹ ਵੀ ਮੰਮੀ ਦੀ ਹੈ ਫੋਟੋ, ਆਹ ਮੇਰੇ ਬ੍ਰਦਰ ਨੇ,
ਮਤਲਬ ਕਿ ਜੋ ਹੁਣ ਨਹੀਂ ਹੈਗੇ ਉਹਨਾਂ ਦੀ ਪਿੱਕ ਹੈ। ਤੇ ਇਧਰ ਕ੍ਰਿਸ਼ਨਾ ਜੀ ਦੀ ਫੋਟੋ ਰੱਖੀ ਹੋਈ ਹੈ, ਰਾਧਾ ਕ੍ਰਿਸ਼ਨ। ਹਾਂ ਜੀ, ਮੰਮੀ ਨੂੰ ਸ਼ੌਕ ਹੈ ਨਾ। ਆ ਦੇਖੋ ਆ ਫੋਟੋ ਖਰਾਬ ਹੋ ਗਈ ਹੈ, ਇਹ ਬੇਟਾ ਮੇਰਾ ਜਦੋਂ ਛੋਟਾ ਸੀ ਖਰਾਬ ਹੋ ਚੁੱਕੀ ਹੈ। ਪਰ ਚਾਹ ਜਿਆਦਾ ਨੀ ਹੈਗੀ, ਚਾਹ ਦੇਖੋ ਕਿੰਨੀ ਜਿਆਦਾ। ਪਾਪੜ ਘਰ ਦੇ ਪਾਪੜ ਪਿੰਡ ਦੇ ਇਹੀ ਚਲਦੇ ਨੇ ਗਲਾਸ, ਦੇਖੋ ਭਰ ਭਰ ਕੇ। ਮੰਮੀ ਚਾਹ ਜਿਆਦਾ ਹੈ ਨਾ, ਚਾਹ ਜਿਆਦਾ। ਮੈਂ ਤਾਂ ਘੱਟ ਪੀਵਾਂ। ਕਿੰਨੀ ਕੁ ਪੀਣੀ ਹੈ? ਮੈਂ ਬਹੁਤ ਘੱਟ ਪੀਂਦੀ, ਮੈਂ ਤਾਂ ਦੇਖ ਕੇ ਨਾ ਮੈਂ ਪੀ ਨਹੀਂ ਸਕਦੀ, ਬਹੁਤ ਜਿਆਦਾ ਹੈ। ਕਿੰਨੀ ਹੈ? ਆ ਦੇਖੋ ਗਲਾਸ ਭਰਿਆ ਬਹੁਤ ਜਿਆਦਾ। ਮੰਮੀ ਚਾਹ ਤੁਸੀਂ ਬਹਿ ਜਾਓ, ਪਾਪੜ ਤੁਸੀਂ ਬਹਿ ਜਾਓ। ਮੰਮੀ ਮੈਂ ਚਾਹ ਕੋਈ ਨੀ, ਮੈਂ ਘੱਟ ਕਰਾਂਗੀ। ਮੈਂ ਘੱਟ ਨਾ ਕਰੋ, ਮੈਂ ਤਾਂ ਪੀਣੀ ਨਹੀਂ। ਲਓ ਪਰ ਮੈਂ ਘੱਟ ਦੇ ਜਾ ਠੀਕ ਹੈ ਠੀਕ ਹੈ ਬੈਠੋ ਤੁਸੀਂ। ਪੈਸੇ ਲੈਣੇ ਨੀ ਸੀ ਨਾ, ਮੈਨੂੰ ਪਤਾ ਸਾਰੇ ਵਿਆਹ ਤੇ ਗਏ ਨੇ ਅੱਜ ਘਰ ਅੱਜ ਕਿਹੜਾ ਬੁਖਾਰ ਹੈ? ਤੁਸੀਂ ਮਿਲ ਲਿਆ ਠੀਕ ਹੈ। ਅੱਜ ਤਾਂ ਹੀ ਨਾ ਸੋਨੂੰ ਖਾਨ ਦੀ ਹੋਈ ਪਈ ਸਾਰੇ, ਰੌਣਕ ਨੀ ਹੈਗੀ, ਆ ਜਾਂਦੇ ਨੇ ਆਉਣ ਵਾਲੇ ਨਾ ਬਸ ਹੁਣ ਜਾਣਾ ਹੈ ਘਰ ਜਾਣ ਦੇ ਸੈਰ ਸੂਰ ਕਰਦੇ ਹੋਏ। ਅੱਛਾ ਖਾਵਾਂਗੇ ਰਲ ਕੇ ਮੈਂ ਤੇ ਭੈਣ, ਟੈਂਪੂ ਤੇ ਕਿਨੂੰ ਲੈ ਲੈਂਦੀ ਆ ਤੁਸੀਂ ਕਹਿੰਦੇ ਨੀ ਪਏ ਫਿਰ ਮੈਂ ਤਾਂ
ਓਨਾ ਨੀ ਬਣਦਾ ਗੈਸ ਬਣੇ ਚਾਰ ਨਾਲ ਚਾਰ ਖਾਧਾ ਜਿਹੜਾ ਨਾ ਚਾਰ ਨਾਲ ਬਣਿਆ ਗੈਸ ਲਗਾਤਾਰ ਕਰਦੇ ਨਾ ਚਾਰ ਵੀ ਆਉਂਦਾ ਗੰਢਾ ਤੇ ਦੁਨੀਆਂ ਖਾਂਦੇ ਹੀ ਵਧੀਆ ਢਿੱਡ ਨੀ ਗੈਸ ਦਸ ਵਜੇ ਆ ਗਏ ਨਾਸ਼ਤਾ ਕਰਾਂਗੇ ਫਲ ਦਾ ਉਤੋਂ ਪੀਵਾਂਗੇ ਚਾਹ ਰੋਟੀ ਨੀ ਖਾਣ ਲੱਗੀ ਸੰਤਰੇ ਚਾਹ ਨਾ ਖਾਣੇ ਨੇ ਪਹਿਲਾਂ ਖਾ ਲੈਣੇ ਨਾਸ਼ਤਾ ਹੋ ਗਿਆ ਤੇ ਰੋਟੀ ਜਦੋਂ ਮਰਜ਼ੀ ਖਾ ਲਓ ਰੋਟੀ ਜਦੋਂ ਮਰਜ਼ੀ ਖਾ ਚਲੋ ਠੀਕ ਹੈ ਚਲਨੇ ਚਲੋ ਤਾਂ ਲੋ ਜੀ ਅਸੀਂ ਵਾਪਸ ਆ ਰਹੇ ਸੀ ਘਰ ਤਾਂ ਸਾਹਮਣੇ ਦੇਖੋ ਇੱਟਾਂ ਬਣ ਰਹੀਆਂ ਨੇ ਤਾਂ ਕਿੰਨੀ ਮਿਹਨਤ ਕਰਦੇ ਨੇ ਦੇਖੋ ਬੱਚੇ ਵੀ ਕੰਮ ਕਰ ਰਹੇ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਇਹ
ਕਿਸਾਨ ਵੀਰ ਜਦੋਂ ਬਹਾਦਰਗੜ੍ਹ ਵਾਪਸ ਆਏ ਤਾਂ ਆਪਣੇ ਕਿਸਾਨ ਵੀਰਾਂ ਦੀ ਅੰਦੋਲਨ ਰੈਲੀ ਕੱਢੀ ਜਾ ਰਹੀ ਹੈ ਅਤੇ ਦੇਖੋ ਤੁਸੀਂ ਦ੍ਰਿਸ਼ ਦੇਖੋ, ਕਾਫੀ ਟਰੈਕਟਰ ਅੱਗੇ ਲੰਘ ਚੁੱਕੇ ਨੇ, ਅਸੀਂ ਕੈਮਰਾ ਬਾਅਦ 'ਚ ਔਨ ਕਰਿਆ ਅਤੇ ਆਪਣੇ ਕਿਸਾਨ ਭਰਾ ਜ਼ਿੰਦਾਬਾਦ, ਕਿਸਾਨ ਵੀਰ ਸਾਡੇ ਜ਼ਿੰਦਾਬਾਦ, ਸਾਡਾ ਪੰਜਾਬ ਜ਼ਿੰਦਾਬਾਦ, ਸਾਡਾ ਹਿੰਦੁਸਤਾਨ ਜ਼ਿੰਦਾਬਾਦ। ਆਹ ਦੇਖੋ ਜੀ, ਬਹੁਤ ਸਾਰੇ ਟਰੈਕਟਰ ਪਹਿਲਾਂ ਲੰਘ ਚੁੱਕੇ ਨੇ ਅੱਗੇ ਅਤੇ ਸਾਡੇ ਕਿਸਾਨ ਲੱਗੇ ਹੋਏ ਨੇ ਜ਼ੋਰਾਂ ਸ਼ੋਰਾਂ ਨਾਲ ਇਸ ਮਤਲਬ ਮੁਕਾਮ ਨੂੰ ਸਿਰੇ ਚੜਾ ਕੇ ਛੱਡਣਗੇ। ਜੈ ਜਵਾਨ ਜੈ ਕਿਸਾਨ। ਹਾਂਜੀ, ਅਸੀਂ ਪਿੰਡ ਜਾ ਕੇ ਵਾਪਸ ਆ ਗਏ ਹਾਂ ਜੀ। ਠੰਡ ਬਹੁਤ ਸੀ, ਬਾਈਕ ਤੇ ਤਾਂ ਹੋਰ ਵੀ ਜ਼ਿਆਦਾ ਠੰਡ ਲੱਗਦੀ ਹੈ। ਤਾਂ ਠੀਕ ਹੈ ਜੀ, ਤੁਸੀਂ ਅੱਜ ਦੀ ਵੀਡੀਓ ਬਾਰੇ ਦੱਸਣਾ ਤੁਹਾਨੂੰ ਕਿੱਦਾਂ ਦੀ ਲੱਗੀ ਜੀ। ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੁਸੀਂ ਲਾਈਕ ਕਰੋ, ਸ਼ੇਅਰ ਕਰੋ, ਸਾਡੇ ਦੇਸੀ ਕਿਚਨ ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਂ ਠੀਕ ਹੈ ਜੀ, ਫਿਰ ਆਪਾਂ ਮਿਲਾਂਗੇ ਕਿਸੇ ਅਗਲੀ ਵੀਡੀਓ 'ਚ।